ਜਾਂਦਾ ਖੈਰ ਜਿਹਨੇ ਮੇਰੇ ਬੱਚਿਆਂ ਦਾ ਆਟਾ ਦਿੱਤਾ ਉਹਦਾ ਵੀ ਭਲਾ ਤੇ ਜਿਹਨੇ ਨਹੀਂ ਦਿੱਤਾ ਜੀ ਉਹਦਾ ਵੀ ਭਲਾ ਬੋਲੋ ਠੀਕ ਹੈ ਇਹ ਪਰਦਾ ਲੈ ਲਓ ਬਈ ਇਹ ਛੋਟਿਆਂ ਬੱਚਿਆਂ ਨੂੰ ਬਾਹਰ ਕਰ ਦਿਆ ਜੇ ਇਹ ਬੱਚਿਆਂ ਦੀ ਮਦਾਰ ਦੇਖੋ ਬੱਚਾ ਤੜਫਦਾ ਪਿਆ ਛੋਟੇ ਬੱਚੇ ਇੱਕ ਮਿੰਟ ਤੋਂ ਪਹਿਲੋ ਛੋਟੇ ਬੱਚੇ ਦਾ ਜਲਦੀ ਮਦਾਰੀ ਚੋਂ ਪੁੱਤਰੇ ਬਾਹਰ ਹੋ ਜਾਓ ਛੋਟੇ ਬੱਚੇ ਸਾਰੇ ਧੋਤੇ ਜਲਦੀ ਬਾਹਰ ਹੋ ਜਾਓ ਚਲੋ ਪੁੱਤਰੇ ਜਲਦੀ ਤੋਂ ਬਾਹਰ ਨਿਕਲ ਜਾ ਇਹ ਖੜਾ ਵੀ ਛੋਟੇ ਇਹ ਬੱਚੇ ਦੀ ਜੁੱਤੀ ਅੱਗੇ ਕਰਦੇ ਪਰਦਾ ਲਾ ਦਾ ਸਾਰੇ ਭਰਾ ਸਿੱਲਾ ਪੜ ਕੇ ਇੱਕ ਕਦਮ ਅੱਗੇ ਕਰੋ ਜੀ ਪੈਰ ਬੱਚੇ ਦਾ ਪੈਰ ਬੇਟਾ ਅੱਗੇ ਹੋ ਜਾ ਇੱਥੇ ਚੌਧਰੀ ਸਾਹਿਬ ਦੋਵੇਂ ਪੈਰ ਸਿੱਧੇ ਕਰੇ ਆ ਜੀ ਆਹ ਵੇਖ ਲਓ ਜੀ ਯਾਰ ਮੈਂ ਬੇਟਾ ਤਿੰਨ ਵਾਰੀ ਕਿਹਾ ਬਾਹਰ ਨਿਕਲਦਾ ਚਲੋ ਬੇਟਾ ਫਿਰ ਉਹ ਛੋਟੇ ਚਿੱਟੇ ਕੱਪੜੇ ਵਾਲੇ ਬੇਟਾ ਬਾਹਰ ਹੋ ਜੀ ਇਹ ਵੇਖ ਲਓ ਜੀ ਇਹ ਪਰਦਾ ਲੈਣ ਲੱਗੇ ਇੱਥੇ ਆ ਦੋ ਇੱਧਰੋਂ ਇੱਕ ਬੰਦਾ ਮੈਨੂੰ ਪਿਆ ਕਹਿੰਦਾ ਸੀ ਬਾਬਾ ਜੀ ਆ ਜਿਹੜੀ ਤੁਸੀਂ ਪਾਣੀ ਦੇ ਚੋਂ ਰੇਹ ਸੁੱਕੀ ਕੱਢੀ ਹੈ ਇਹ ਤੁਹਾਡੇ ਕੋਲ ਜਾਦੂ ਹੈ ਨਹੀਂ ਜੀ ਨਹੀਂ ਇੱਕ ਗੱਲ ਕਰਨਾ ਪੀਰ ਮੁਰਸ਼ਦ ਸਾਰਿਆਂ ਦਾ ਬੋਲੋ ਆ ਜਾਂਦੀ ਆ ਮਲੰਗ ਦਾ ਮੁਰਸ਼ਦ ਵੀ ਹੈਗਾ ਮੇਰਾ ਮੁਰਸ਼ਦ ਕਿੱਥੇ ਵੇ ਲਾਹੌਰ ਸ਼ਹਿਰ ਦਾ ਦਰਬਾਰ ਹੈਗਾ ਦਾਤਾ ਦਾ ਬੋਲੋ ਯਾਰ ਆ ਜਾਂਦੀ ਆ ਜਿੱਥੇ ਕਿਉਂ ਨਹੀਂ ਆ ਜਿੱਥੇ ਸੋਨੇ ਦਾ ਗੇਟ ਹੈ ਸਰਕਾਰ ਦੀ ਖਿਦਮਤ ਕੀਤੀ ਹੈ ਉਹਨੇ ਇੱਕ ਤਸਬੀ ਦਾ ਦਾਣਾ ਦਿੱਤਾ ਇਹਦੇ ਉੱਤੇ 40 ਦਿਨ ਅੰਬਲ ਪੜੇ ਇਹ ਚੀਜ਼ ਦੀ ਲਓ ਸਾਰੇ ਭਰਾ ਇਹਨੂੰ ਵੇਖ ਕੇ ਸੱਜਿਆ ਦਾ ਸਲਾਮ ਕਰਿਆ ਜੇ ਉਹਦੇ ਉੱਤੇ ਕੁਰਾਨੇ ਪਾਕ ਦਾ ਨਾਮ ਹੈ ਸਲਾਮ ਕਰੋ ਸਾਰੇ ਉਹ ਮੈਂ 20 ਵਾਰੀ ਕਰ ਦਿੰਦਾ ਕੀ ਨਾ ਬੱਚਿਆ ਤੇਰਾ ਇਹ ਦਾਤਾ ਸਾਹਿਬ ਦਾ ਨਗ ਬੋਝ ਚੋਂ ਨਿਕਲ ਗਿਆ ਸਰਕਾਰ ਤੋਹਫਾ ਮੈਂ ਤੁਹਾਨੂੰ ਦੇਣ ਲੱਗਾ ਬਸ ਉੱਡ ਕੇ ਇੱਥੋਂ ਅਗਤ ਕਰ ਖੜੋ ਆ ਵੇਖ ਲਓ ਜੀ ਹਲੋ ਪਾ ਦੇ ਹੱਥ ਵਾਲੇ ਪਿਆ ਓਕੇ ਇੱਕ ਵਾਰੀ ਜੁੱਤੀ ਲਾ ਕੇ ਵਹਾ ਦੇ ਪਤਾ ਇਸ ਪ੍ਰੇਗ ਨਾਲ ਆ ਬਾਠੀ ਕੋਣ ਪਾ ਲੈ ਤਿੰਨ ਕੰਮ ਨਵੀਂ ਪਾ ਜਾਦੂ ਨਹੀਂ ਛੱਲੇ ਗਏ ਤੇਰਾ ਬੰਦਾ ਬਿਮਾਰ ਹੁੰਦਾ ਸੱਜੇ ਹੱਥੇ ਪਾ ਦੇ ਮਾਈ ਭੈਣ ਬੇ ਔਲਾਦ ਹੁੰਦੇ ਯਾਰ ਸੱਜਣ ਦੌਲਤ ਖਾਂਦਾ ਬੇਟਾ ਗੱਲ ਨਹੀਂ ਮੰਨਦਾ ਜੇਬ 'ਚ ਰੱਖੇ ਕਾ ਯਾਰ ਸੱਜਣ ਦੌਲਤ